ਦਿੱਕਤ ਕਾਫੀ ਜ਼ਿਆਦਾ ਵੱਧ ਗਈ ਸੀਗੀ ਅੱਜ ਸਵੇਰੇ ਜਦੋਂ ਆਏ ਸੀਗੇ ਇਹ
ਤਾਂ ਇਹਨਾਂ ਨੂੰ ਬੈਠਣਾ ਤਾਂ ਦੂਰ ਦੀ ਗੱਲ ਹੈ, ਇਹਨਾਂ ਨੂੰ ਤੁਰਨਾ ਵੀ ਔਖਾ ਹੋਇਆ ਸੀਗਾ, ਬਹੁਤ ਪਰੇਸ਼ਾਨ ਸੀਗੇ। ਹੁਣ ਇਹਨਾਂ ਦਾ ਟ੍ਰੀਟਮੈਂਟ ਹੋ ਗਿਆ, ਹੁਣ ਇਹ ਬਿਲਕੁਲ ਠੀਕ ਨੇ। ਦੇਖੋ ਤੁਹਾਡੇ ਸਾਹਮਣੇ ਵਿੱਚ ਚੇਅਰ ਤੇ ਬੜੇ ਆਰਾਮ ਨਾਲ ਬੈਠੇ ਨੇ, ਕੰਫਰਟੇਬਲੀ ਆਪਣੇ ਨਾਲ ਗੱਲ ਕਰ ਰਹੇ ਨੇ, ਹੁਣ ਛੁੱਟੀ ਕਰਾ ਕੇ ਆਪਣੇ ਘਰ ਨੂੰ ਜਾ ਰਹੇ ਨੇ। ਕੋਈ ਵੱਡੀ ਗੱਲ ਨਹੀਂ ਹੈਗੀ, ਇੱਕ ਦਿਨ ਦਾ ਕੰਮ ਹੁੰਦਾ। ਕੋਈ ਵੀ ਦਿੱਕਤ ਹੈ ਆਪਣਾ ਨਾਲ ਦੀ ਨਾਲ ਡਾਕਟਰ ਨੂੰ ਆ ਕੇ ਦਿਖਾਓ ਤੇ ਆਪਣਾ ਇਲਾਜ ਕਰਾਓ, ਬਿਮਾਰੀ ਵਧਾਓ। ਜ਼ਰੂਰੀ ਨਹੀਂ ਵੀ ਆਪਰੇਸ਼ਨ ਹੀ ਹੋਣਾ, ਜੇ ਕਿਸੇ ਨੂੰ ਪ੍ਰੋਬਲਮ ਘੱਟ ਹੈ ਸ਼ੁਰੂਆਤ ਚ ਆ ਕੇ ਡਾਕਟਰ ਨੂੰ ਮਿਲੇਗਾ, ਦੱਸੇਗਾ ਆਪਣੀ ਪ੍ਰੋਬਲਮ ਦਾ, ਉਹਦਾ ਹੱਲ ਦਵਾਈ ਨਾਲ ਵੀ ਹੋ ਸਕਦਾ, ਠੀਕ ਹੈ ਨਾ। ਤਾਂ ਇਸ ਕਰਕੇ ਡਰੋ ਨਾ, ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਚਾਹੇ ਥੋੜੀ ਹੈ ਚਾਹੇ ਬਹੁਤੀ ਹੈ, ਤਾਂ ਇਮੀਡੀਏਟਲੀ ਆ ਕੇ ਚੈੱਕਅਪ ਕਰਾਓ, ਠੀਕ ਹੈ। ਥੈਂਕ ਯੂ।